ਸਾਰੀ ਮਰਜ਼ੀ ਕੱਟ ਲਿਕੇ ਆਤੇ ਖੱਟ ਕੇ ਲਾਂਦੇ ਖੋਲ ਉਹ ਸਾਡੇ ਵੱਲੋਂ ਜਿਹੜਾ ਮਰਜ਼ੀ ਜਿੱਤੇ ਢੋਲੀ ਮੱਲੇ ਦੇ ਹੀ ਵੱਜਣਗੇ ਢੋਲ ਹਰ ਕੋਈ ਆਪਣੀ ਆਪਣੀ ਤਿਆਰੀ ਕਰਦਾ ਪਿਆ ਵਾ ਹਰ ਕੋਈ ਢੋਲ ਮਿਲ ਗਈ ਢੋਲ ਕਸ ਕੁਸ ਕੇ ਰੱਖਦਾ ਪਿਆ ਵਾ ਹਰ ਕੋਈ ਆਪਣੇ ਆਪਣੇ ਨਵੀਆਂ ਨਵੀਆਂ ਬੋਲੀਆਂ ਤਿਆਰ ਕਰਦਾ ਪਿਆ ਵਾ ਕਿ ਜਿਹੜਾ ਵੀ ਉਮੀਦਵਾਰ ਆਏਗਾ ਕਿ ਮਤਲਬ ਕਿ ਸਾਨੂੰ ਮੂੰਹ ਮੰਗੀ ਪੇਮੈਂਟ ਦੇਗਾ ਅਤੇ ਆਪਾਂ ਢੋਲ ਵਜਾਉਣ ਜਾਵਾਂਗੇ ਵਿਧਾਨ ਸਭਾ ਚੋਣਾਂ ਦਾ ਕੱਲ੍ਹ 10 ਮਾਰਚ ਨੂੰ ਰਿਜ਼ਲਟ ਆ ਜਾਣਾ ਵਾ ਅਤੇ ਜਿੱਥੇ ਕਿ ਸਾਰਿਆਂ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਆ ਉੱਥੇ ਲੀਡਰਾਂ ਜਿਹੜੇ ਕਿ ਸਾਹ ਸੁੱਕੇ ਪਏ ਨੇ ਉੱਥੇ ਜਿਹੜੀ ਢੋਲੀ ਜਿਹੜੇ ਨੇ ਉਹ ਵੀ ਜਿਹੜੇ ਤਿਆਰ ਤੁਸੀਂ ਦੇਖ ਰਹੇ ਹੋ ਢੋਲੀਆਂ ਵਿੱਚ ਪੂਰਾ ਉਤਸ਼ਾਹ ਵਾ ਆਪਣਾ ਜਿਹੜਾ ਉਹਨਾਂ ਨੇ ਦੰਦ ਕੱਸ ਲਿਆ ਵਾ ਬਹੁਤ ਬੇਸਬਰੀ ਨਾਲ ਭਾਜੀ ਸਾਡੇ ਢੋਲੀਆਂ ਦੇ ਵਿੱਚ ਮਤਲਬ ਕਿ ਖਾਸ ਕਰਕੇ ਸਾਡੇ ਸੁਲਤਾਨ ਬਿਨ ਗੇਟ ਮਸ਼ਹੂਰ ਢੋਲੀ ਇੱਥੇ ਹੀ ਆ ਢੋਲੀ ਮੱਲੇ ਇਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵਾ ਹਰ ਕੋਈ ਆਪਣੀ ਆਪਣੀ ਤਿਆਰੀ ਕਰਦਾ ਪਿਆ ਵਾ ਹਰ ਕੋਈ ਢੋਲ ਮਤਲਬ ਕਿ ਢੋਲ ਕਸ ਕੁਸ ਕੇ ਰੱਖਦਾ ਪਿਆ ਵਾ ਹਰ ਕੋਈ ਆਪਣੇ ਆਪਣੇ ਨਵੀਆਂ ਨਵੀਆਂ ਬੋਲੀਆਂ ਤਿਆਰ ਕਰਦਾ ਪਿਆ ਵਾ ਕਿ ਜਿਹੜਾ ਵੀ ਉਮੀਦਵਾਰ ਆਏਗਾ ਕਿ ਮਤਲਬ ਕਿ ਸਾਨੂੰ ਮੂੰਹ ਮੰਗੀ ਪੇਮੈਂਟ ਦੇਗਾ ਅਤੇ ਆਪਾਂ ਢੋਲ ਵਜਾਉਣ ਜਾਵਾਂਗੇ ਜਿਹੜੀ ਇੱਥੋਂ ਵੀ ਹੁਣ ਵੀ ਤੁਸੀਂ ਕੋਈ ਬੋਲੀ ਤਿਆਰ ਕੀਤੀ ਆ ਕੋਈ ਸਾਡੇ ਦਰਸ਼ਕਾਂ ਸਾਂਝੀ ਕਰ ਦਿਓ ਕਿਹੜੀ ਬੋਲੀ ਜਿਹੜੀ ਤਿਆਰ ਕੀਤੀ ਆ ਕੀ ਕਹੋਗੇ ਹਾਂਜੀ ਹਲ ਬੇਲੋ ਕਾ ਮਤਦਾਨੋ ਕਾ ਮੇਰੇ ਦੇਸ਼ ਕਾ ਯਾਰੋ ਓ ਮੇਰੇ ਦੇਸ਼ ਕਾ ਯਾਰੋ ਕਿਆ ਕਹਿਣਾ ਤੇ ਦੇਸ਼ ਹੈ ਵੀਰੋ ਕਾ ਕਹਿਣਾ ਤੁਸੀਂ ਦੇਖ ਰਹੇ ਹੋ ਢੋਲੀਆਂ ਜਿਹੜਾ ਕਿ ਬੋਲੀਆਂ ਤਿਆਰ ਕੀਤੀਆਂ ਨੇ ਅੰਮ੍ਰਿਤਸਰ ਦੇ ਬਹੁਤ ਮਸ਼ਹੂਰ ਨੇ ਢੋਲੀ ਮੁਹੱਲੇ ਦੇ ਜਿਹੜੇ ਸਾਡੇ ਵੀਰ ਨੇ ਅਤੇ ਖਾਸ ਕੇ 200 ਪਰਿਵਾਰ 'ਚ ਰਹਿੰਦੇ ਨੇ 200 ਢੋਲੀ ਮੁਹੱਲਾ ਨੇ ਕਿੰਨਾ ਕੁ ਲੱਗਦਾ ਵੀ ਕੱਲ੍ਹ ਤੁਹਾਡਾ ਦੇਣੇ ਆ ਕਹਿ ਸਕਦੇ ਢੋਲੀਆਂ ਕੱਲ੍ਹ ਦੇਣੇ ਆ ਕਿੰਨੀ ਕੁ ਵੱਡੀ ਤਾਦਾਦ ਵਿੱਚ ਕੱਲ੍ਹ ਜਿਹੜਾ ਤੁਹਾਡਾ ਰੇਟ ਰੱਖੇ ਜਾਣਗੇ ਢੋਲੀਆਂ ਦੇ ਕੀ ਕਰ ਜਾਓਗੇ ਭਾਅ ਜੀ ਵੇਖੋ ਆਪਾਂ ਦੇ ਮਤਲਬ ਕਿ ਸਾਡੇ ਇੱਥੇ 250 ਢੋਲੀ ਹੈਗਾ ਵਾ ਅੰਦਰ ਠੀਕ ਆ ਜੀ ਸਾਡਾ ਪਰ ਇਹੀ ਆ ਕਿ ਮਤਲਬ ਕਿ ਜਿਹੜਾ ਸਾਨੂੰ 2-2 ਹਜ਼ਾਰ ਰੁਪਇਆ ਪਰ ਬੰਦਾ ਦੇਗਾ ਆਪਾਂ ਉੱਧਰ ਜਾਣਾ ਵਾ ਇਸ ਤੋਂ ਵੀ ਪਿਛਲੀ ਇਲੈਕਸ਼ਨ ਨਾਲੋਂ ਹੁਣ ਕੀ ਇਲੈਕਸ਼ਨ 'ਚ ਕਿੰਨਾ ਕੁ ਤੁਹਾਨੂੰ ਲੱਗਦਾ ਯਾਰ ਕਿ ਕਿੰਨਾ ਕੁ ਸ਼ਾਹ ਵਾ ਪਹਿਲੀ ਵੋਟਾਂ ਨਾਲੋਂ ਹੁਣ ਕਿੰਨਾ ਕੁ ਤੁਹਾਨੂੰ ਸ਼ਾਹ ਲੱਗਣ ਦਿਆ ਪਹਿਲੇ ਨਾਲੋਂ ਭਾਅ ਜੀ 4 ਗੁਣਾ ਉਤਸ਼ਾਹ ਹੈਗਾ ਵਾ ਖਾਸ ਕਰਕੇ ਢੋਲੀਆਂ 'ਚ ਪਹਿਲਾਂ ਜਿੰਨਾ ਵੀ ਹੁੰਦਾ ਸੀ ਉਹਨਾਂ 4 ਗੁਣਾ ਜ਼ਿਆਦਾ ਉਤਸ਼ਾਹ ਵਾ ਕਿ ਮਤਲਬ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਜਨਤਾ ਬਹੁਤ ਜਾਗਰੂਕ ਹੋ ਗਈ ਹੈ ਜਿਹਨੇ ਕੰਮ ਕੀਤਾ ਵਾ ਉਹਨੇ ਅੱਗੇ ਆਉਣਾ ਵਾ ਅਤੇ ਜਨਤਾ ਨੂੰ ਵੀ ਬਹੁਤ ਹੀ ਮਤਲਬ ਕਿ ਬੇਸਬਰੀ ਨਾਲ ਇੰਤਜ਼ਾਰ ਹੈਗਾ ਕਿ ਜਿਹਨੂੰ ਆਪਾਂ ਮਤਲਬ ਕਿ ਆਪਣਾ ਚੁਣਿਆ ਵਾ ਅਤੇ ਉਸ ਫਟਾਫਟ ਸਾਹਮਣੇ ਆ ਇਸ ਤੋਂ ਵੀ ਹੁਣ ਤੱਕ ਤੁਹਾਨੂੰ ਕਿਸੇ ਪਾਰਟੀ ਵੱਲੋਂ ਸਾਈ ਬਿਆਨਾ ਕੀਤਾ ਗਿਆ ਵੀ ਸਾਡੀ ਪਾਰਟੀ ਜਿੱਤੂਗੀ ਸ਼ਾਇਦ ਅਤੇ ਸਾਡੇ ਵਾਰੀ ਆ ਕੇ ਢੋਲ ਵਜਾਉਣਾ ਵਾ ਨਹੀਂ ਭਾਅ ਜੀ ਅਜੇ ਕਿਤੋਂ ਨਹੀਂ ਆਇਆ ਹਜੇ ਨਹੀਂ ਕਿਤੋਂ ਆਇਆ ਅਤੇ ਮੈਨੂੰ ਇਹ ਦੱਸੋ ਵੀ ਕੋਈ ਸਾਡੇ ਦਰਸ਼ਕਾਂ ਨੂੰ ਹੋਰ ਤੁਸੀਂ ਬੋਲੀ ਤਿਆਰ ਕੀਤੀ ਹੋਵੇ ਵੋਟਾਂ ਵਾਸਤੇ ਉਹ ਵੀ ਸਾਂਝੀ ਕਰ ਦਿਓ ਬੋਲੀ ਯਾਰ ਉਹ ਬਾਰੀ ਬਰਸੀ ਕੱਟ ਲਿਕੇ ਆਤੇ ਖੱਟ ਕੇ ਲਾਂਦੇ ਖੋਲ ਉਹ ਸਾਡੇ ਵੱਲੋਂ ਜਿਹੜਾ ਮਰਜ਼ੀ ਜਿੱਤੇ ਢੋਲੀ ਮੱਲੇ ਦੇ ਹੀ ਵੱਜਣਗੇ ਢੋਲ ਜਿਹੜੇ ਜਾ ਰਹੇ ਨੇ ਢੋਲ ਇਹਨਾਂ ਦਾ ਕਹਿਣਾ ਵੀ ਸਾਡੇ ਵੱਲੋਂ ਜਿਹੜੀ ਵੀ ਪਾਰਟੀ ਜਿੱਤਦੀ ਆ ਅਤੇ ਢੋਲੀ ਮੱਲੇ ਵੱਲੋਂ ਹੀ ਜਿਹੜੇ ਢੋਲ ਵਜਾਏ ਜਾਣਗੇ ਉਹ ਦੇਖਣਾ ਹੋਵੇ ਕਿ 10 ਮਾਰਚ ਨੂੰ ਕਿਹੜੀ ਪਾਰਟੀ ਜਿੱਤਦੀ ਆ ਅਤੇ ਢੋਲੀ ਜਿਹੜੇ ਨੇ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਕਰ ਰਹੇ ਨੇ ਹੋਰ ਵੀ ਗੱਲਬਾਤ ਕਰਾਂਗੇ ਵੀਰਾਂ ਨਾਲ ਕੀ ਕਹਿਣਾ ਚਾਹੋਗੇ ਕਿੰਨਾ ਕੁ ਜਿਹੜਾ ਅਚਾਰ ਜਿਹੜਾ ਕਿੰਨਾ ਕੁ ਕੱਲ੍ਹ ਦਾ 10 ਵੀ ਦਾ ਤੁਹਾਨੂੰ ਬੇਸਬਰੀ ਦਾ ਇੰਤਜ਼ਾਰ ਆ ਬਹੁਤ ਜ਼ਿਆਦਾ ਇੰਤਜ਼ਾਰ ਹੈ ਵੀ ਮਤਲਬ ਕਿ ਜਲਦੀ ਜਲਦੀ ਰਿਜ਼ਲਟ ਆਉਣ ਅਤੇ ਅਸੀਂ ਖੁਸ਼ੀਆਂ ਮਨਾਈਏ ਸਾਰੇ ਰਲ ਮਿਲ ਕੇ ਜੀ ਅਤੇ MLA ਸਾਹਿਬ ਨੂੰ ਵਧਾਈਆਂ ਦਈਏ ਜੀ ਕੀ ਲੱਗਦਾ ਵੀ ਕੱਲ੍ਹ ਦੀ ਕੋਈ ਬੁਕਿੰਗ ਵਗੈਰਾ ਹੋਣੀ ਸ਼ੁਰੂ ਹੋ ਗਈ ਆ ਜਾਂ ਹਜੇ ਸ਼ਾਮ ਤੱਕ ਹੋ ਜੂਗੀ ਨਹੀਂ ਭਾਅ ਜੀ ਅਜੇ ਕੋਈ ਬੁਕਿੰਗ ਨਹੀਂ ਹੋਈ ਕਿਉਂਕਿ ਸਾਡੇ ਟਾਈਮ ਮੁਕੀ ਗਾਹਕ ਆਉਂਦੇ ਨੇ ਅਤੇ ਉਹਨਾਂ ਨੇ ਲੈ ਕੇ ਜਾਣਾ ਅਤੇ ਕੱਲ੍ਹ ਅਸੀਂ 5,500 ਰੁਪਏ ਲੈਣਾ 2 ਢੋਲਾਂ ਦਾ ਜੀ ਕਿਆ ਕਹਿੰਦਾ ਵੀ ਢੋਲੀ ਮੁਹੱਲੇ ਜਿਹੜੇ ਨੇ ਢੋਲ ਹੀ ਬਹੁਤ ਮਸ਼ਹੂਰ ਨੇ ਪੂਰੇ ਪੰਜਾਬ ਵਿੱਚ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ ਜਾਂਦੇ ਨੇ ਕਿੰਨੀ ਸੱਚਾਈ ਆ ਮਹਾਰਾ ਸਾਡੀਆਂ ਮਤਲਬ ਕਿ 5-4 ਮਤਲਬ ਪਿਕਚਰਾਂ ਬਣ ਗਈਆਂ ਨੇ ਅੜੀਪਾ ਪਿਕਚਰ ਦੇ ਵਿੱਚ ਅਸੀਂ ਕੰਮ ਕੀਤਾ ਬਜਰੰਗੀ ਭਾਈ ਜੀ ਅਸੀਂ ਕੰਮ ਕੀਤਾ ਉੜਦਾ ਪੰਜਾਬ 'ਚ ਕੰਮ ਕੀਤਾ ਅਸ਼ਕੇ ਫਿਲਮ ਮਨਿੰਦਰ ਗਿੱਲ ਦੇ ਵਿੱਚ ਕੱਲ੍ਹ ਕੀਤਾ ਹਾਂਜੀ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਬੋਲੀ ਜਿਹੜੀ ਕੋਈ ਸਾਂਝੀ ਕਰ ਦਿਓ ਜਿਹੜੀ ਤਿਆਰ ਕੀਤੀ ਹੋ ਵੋਟਾਂ ਵਾਸਤੇ ਕੋਈ ਯੇ ਦੇਸ਼ ਹੈ ਵੀਰ ਜਵਾਨੋ ਪਾ ਅਲਬੇਲੋ ਪਾ ਮਸਤਾਨੋ ਪਾ ਇਸ ਦੇਸ਼ ਕੇ ਯਾਰੋ ਇਸ ਦੇਸ਼ ਕੇ ਯਾਰੋ ਕਿਆ ਕਹਿਣਾ ਹੋ ਓ ਹਮ ਐਸਾ ਢੋਲ ਬਜਾਤੇ ਹੈ ਹਰ ਮਹਿਫਿਲ ਮੇ ਲਹਿਰਾਤੇ ਹੈ ਹਮ ਸਾਥ ਸੁਰੋ ਕੇ ਸਾਗਰ ਹੈ ਹਰ ਮਹਿਫਿਲ ਮੇ ਲਹਿਰਾਤੇ ਹਮ ਐਸਾ ਢੋਲ ਬਜਾਤੇ
ढोली भीर जिहड़े ने बेसब्री का इंतजार कर रहे 10 मार्च का भी कि पार्टी जितती है और उन्होंने वालों जेडे की उन्हें कहा कि यार की जरा वा 55,000 रुपया जरा लेना वा और वही जी खुशी इन्होंने चेहरे से जी वेख में मिलती है। वो देखना वा कि 10 मार्च को कि पार्टी जितती है और किसकी सरकार बनती है। मैनू दौ इजाजत, मैं हरजीत चालेवाल, पंजाबी लोक चैनल अमृतसर।